ਹਾਂਜੀ ਦੋਸਤੋ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਕਦੋਂ ਇਹ ਮਾਸਟਰ ਗ੍ਰੇਡਰ ਦੀਆਂ ਸਾਮੀਆਂ ਆਉਣਗੀਆਂ ਕਦੋਂ ਅਸੀਂ ਭਰ ਸਕਾਂਗੇ ਤੇ ਹੁਣ ਫਾਈਨਲੀ ਅਸੀਂ ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਉੱਤੇ ਅਸੀਂ ਇਹ ਸਾਮੀਆਂ ਸੰਬੰਧੀ ਇਹ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋਏ ਹਾਂ ਕਿਰਪਾ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਿਓ ਕਿਉਂਕਿ ਇਸ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਸੀਂ ਇਹ ਨੋਟੀਫਿਕੇਸ਼ਨ ਦੇਖ ਰਹੇ ਹੋ ਹਾਲੇ ਤੱਕ ਕਿਸੇ ਵੀ ਚੈਨਲ ਦੇ ਉੱਤੇ ਨੋਟੀਫਿਕੇਸ਼ਨ ਨਹੀਂ ਆਇਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਤੇ ਬੈਲ ਬਟਨ ਨੂੰ ਵੀ ਦਬਾ ਦੇਵੋ ਕਿਉਂਕਿ ਚੋਣ ਜਾਬਤਾ ਹੈ ਲੱਗ ਚੁੱਕਿਆ ਹੈ ਤੁਹਾਨੂੰ ਪਤਾ ਹੀ ਹੈ ਵੋਟਾਂ ਦਾ ਜੋ ਹੈ ਡੇਟ ਹੈ ਅਨਾਉਂਸ ਕਰ ਦਿੱਤੀ ਗਈ ਹੈ ਪਾਲ ਪਾਲ ਦੀ ਖਬਰ ਤੁਹਾਡੇ ਤੱਕ ਮਾਸਟਰ ਕੇਡਰ ਸੰਬੰਧੀ ਲੈ ਕੇ ਆਵਾਂਗੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਬੈਲ ਬਟਨ ਨੂੰ ਦਬਾ ਕੇ ਰੱਖੋ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਦੇਰੀ ਨਾ ਕਰਦੇ ਹੋਏ ਸਾਡਾ ਇੱਕ ਟੈਲੀਗ੍ਰam ਚੈਨਲ ਹੈ ਉਸ ਨੂੰ ਵੀ ਜੁਆਇਨ ਕਰ ਲਓ ਕਿਉਂਕਿ ਉਸ ਉੱਤੇ ਵੀ ਅਸੀਂ ਅਪਡੇਟ ਦਿੰਦੇ ਰਹਨੇ ਆਂ ਤੇ ਪੀਡੀਐਫ ਫਾਈਲਾਂ ਅਸੀਂ ਅਪਲੋਡ ਕਰਦੇ ਆਂ ਤੇ ਜਿੱਥੇ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਘਰ ਘਰ ਰੋਜ਼ਗਾਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਜੋ ਮਾਸਟਰ ਕੈਟਰ ਦੀਆਂ ਪੋਸਟਾਂ ਆ ਚੁੱਕੀਆਂ ਨੇ ਅੱਜ ਦਾ ਇਹ ਨੋਟੀਫਿਕੇਸ਼ਨ ਹੈ ਹਾਲੀ ਦੇ ਵਿੱਚ ਇਹ ਰਿਲੀਜ਼ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਮਿਤੀ 16 12 2021 ਨੂੰ ਵਕ ਵਕ ਅਖਬਾਰਾਂ ਵਿੱਚ ਪ੍ਰਕਾਸ਼ਿਤ ਵਿਗਿਆਪਨ ਦੀ ਲਗਾਤਾਰਤਾ ਵਿੱਚ ਜੋ ਕਰ ਕਰ ਰੋਜ਼ਗਾਰ ਯੋਜਨਾ ਤਹਿਤ ਜੋ ਮਾਸਟਰ ਕੈਟਰ ਦੀਆਂ ਵਕ ਵਕ ਅਸਾਮੀਆਂ ਵਕ ਵਕ ਵਿਸ਼ੇ ਦੀਆਂ ਬੈਕਲਗ ਅਤੇ ਨਵੀਆਂ ਅਸਾਮੀਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਤੋਂ ਜੋ ਇਹਨਾਂ ਦੀ ਆਫੀਸ਼ੀਅਲ ਵੈੱਬਸਾਈਟ ਹੈ educationrecruitmentboard.com ਤੇ ਆਨਲਾਈਨ ਜੋ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ ਤੇ ਇਹਨਾਂ ਦੀ ਲਾਸਟ ਡੇਟ 31/12/2022 ਰੱਖੀ ਗਈ ਹੈ ਉਹਦੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਹੁਣ ਦੇਖਦੇ ਹਾਂ ਕਿਹੜੇ-ਕਿਹੜੇ ਵਿਸ਼ੇ ਨੇ ਸਭ ਤੋਂ ਪਹਿਲਾਂ ਮੈਦ ਦਾ ਵਿਸ਼ਾ ਹੈ ਮੈਦ ਦੇ ਲਈ ਜੋ ਵੰਡ ਕੀਤੀ ਗਈ ਹੈ ਕੈਟਾਗਰੀ ਵਾਈਜ਼ ਇਸ ਪ੍ਰਕਾਰ ਹੈ ਜਰਨਲ ਦੇ ਲਈ ਤੁਸੀਂ ਦੇਖ ਸਕਦੇ ਹੋ ਬੈਕਲੌਗ ਦੇ ਲਈ ਕੋਈ ਨਹੀਂ ਹੈ ਤੇ ਫਰੈਸ਼ ਦੇ ਲਈ 342 ਅਸਾਮੀਆਂ ਨੇ ਜਿਨ੍ਹਾਂ ਦੇ ਵਿੱਚੋਂ ਔਮਨ ਦੇ ਲਈ 96 ਅਸਾਮੀਆਂ ਰਿਜ਼ਰਵ ਕੀਤੀਆਂ ਗਈਆਂ ਫਰੈਸ਼ ਦੇ ਲਈ ਟੋਟਲ 342 ਅਸਾਮੀਆਂ ਨੇ SC M. M and B ਦੇ ਲਈ ਤੁਸੀਂ ਦੇਖ ਸਕਦੇ ਹੋ ਟੋਟਲ 95 ਅਸਾਮੀਆਂ ਨੇ SC R and O ਦੇ ਲਈ 93 ਅਸਾਮੀਆਂ ਨੇ BC ਦੇ ਲਈ 87 ਤੇ ਜਨਰਲ ESM ਦੇ ਲਈ 70 SC ESM ਦੇ ਲਈ 19 SC R and O ESM ਦੇ ਲਈ ਤੁਸੀਂ 20 ਅਸਾਮੀਆਂ ਦੇਖ ਸਕਦੇ ਹੋ BC ESM ਦੇ ਲਈ 19 ਅਸਾਮੀਆਂ ਜਨਰਲ ਸਪੋਰਟਸ ਦੇ ਲਈ 22 ਅਸਾਮੀਆਂ ਨੇ SC M and B ਸਪੋਰਟਸ ਦੇ ਲਈ 6 ਅਸਾਮੀਆਂ ਨੇ SC R and O ਦੇ ਲਈ ਸਪੋਰਟਸ ਦੇ ਲਈ 5 ਅਸਾਮੀਆਂ ਤੇ ਅਰਥੋ ਦੇ ਲਈ 10 ਅਸਾਮੀਆਂ ਆਈਆਂ ਨੇ ਤੇ ਵਿਜ਼ੂਅਲ ਇੰਪੇਅਰਡ ਦੇ ਲਈ ਤੁਸੀਂ ਦੇਖ ਸਕਦੇ ਹੋ 10 ਅਸਾਮੀਆਂ ਨੇ ਹੀアリング ਇੰਪੇਅਰਡ ਦੇ ਲਈ 9 ਅਸਾਮੀਆਂ ਨੇ ਤੇ ਆਈਡੀਐਮ ਐਮਟੀ ਦੇ ਲਈ 9 ਅਸਾਮੀਆਂ ਆਈਆਂ ਨੇ ਫ੍ਰੀडम फाइਟਰ ਦੇ ਲਈ 9 ਅਸਾਮੀਆਂ ਨੇ ਤੇ ایਡਬਲਯੂਐਸ ਦੇ ਲਈ 87 ਅਸਾਮੀਆਂ ਨੇ ਟੋਟਲ 912 ਅਸਾਮੀਆਂ ਨੇ ਅਸੀਂ ਕੱਲੇ-ਕੱਲੇ ਬਾਰੇ ਨਹੀਂ ਦੱਸ ਸਕਦੇ ਇਸ ਕਰਕੇ ਤੁਸੀਂ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਓ ਜਿੱਥੇ ਅਸੀਂ ਇਹ ਪੀਡੀਐਫ ਫਾਈਲ ਅਪਲੋਡ ਕਰ ਦਾਂਗੇ ਜਿੱਥੋਂ ਤੁਸੀਂ ਪੂਰਾ ਡਿਟੇਲ ਦੇ ਵਿੱਚ ਨੋਟੀਫਿਕੇਸ਼ਨ ਦੇਖ ਸਕਦੇ ਹੋ ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੀ ਹੈ ਗ੍ਰੈਜੂਏਸ਼ਨ ਤੁਹਾਡੀ 45% ਮਾਰਕਸ ਨਾਲ ਪੂਰੀ ਕੀਤੀ ਹੋਣੀ ਚਾਹੀਦੀ ਹੈ ਤੇ ਬੀਐਡ ਕੀਤੀ ਹੋਣੀ ਚਾਹੀਦੀ ਹੈ ਤੁਹਾਡੀ ਤੇ ਮੈਥ ਵਿਸ਼ੇ ਨਾਲ ਤੁਸੀਂ ਉਸ ਤੋਂ ਬਾਅਦ ਸਾਇੰਸ ਵਿਸ਼ੇ ਦੀ ਗੱਲ ਕਰੀਏ ਤਾਂ ਸਾਇੰਸ ਵਿਸ਼ੇ ਦੀਆਂ ਅਸਾਮੀਆਂ ਆਈਆਂ ਨੇ ਜਨਰਲ ਦੇ ਲਈ 322 ਨੇ ਤੇ 99 ਐਸਸੀ ਦੇ ਲਈ ਨੇ ਤੇ ਐਸ ਸੀ ਆਰ ਐਂਡ ਉਹ ਦੇ ਲਈ 99 ਨੇ ਤੇ ਬੀ ਸੀ ਦੇ ਲਈ 82 ਅਸਾਮੀਆਂ ਨੇ ਜਨਰਲ ਈ ਐਸ ਐਮ ਦੇ ਲਈ 65 ਅਸਾਮੀਆਂ ਨੇ ਐਸ ਸੀ ਈ ਐਸ ਐਮ ਦੇ ਲਈ 18 ਐਸ ਐਸ ਸੀ ਆਰ ਉਹ ਈ ਐਸ ਐਮ ਦੇ ਲਈ 19 ਬੀ ਸੀ ਈ ਐਸ ਐਮ ਦੇ ਲਈ 19 ਅਸਾਮੀਆਂ ਨੇ ਜਨਰਲ ਸਪੋਰਟਸ ਦੀਆਂ 19 ਅਸਾਮੀਆਂ ਨੇ ਐਸ ਸੀ ਐਮ ਐਂਡ ਬੀ ਸਪੋਰਟਸ ਦੇ ਲਈ 6 ਅਸਾਮੀਆਂ ਨੇ ਐਸ ਸੀ ਆਂਡ ਆਰ ਐਂਡ ਉਹ ਸਪੋਰਟਸ ਦੇ ਲਈ 4 ਤੇ ਅਰਥੋ ਦੇ ਲਈ 10 ਅਸਾਮੀਆਂ ਇਹ ਆਈਆਂ ਨੇ ਵਿਜੀਲੈਂਟ ਅਮਪਾਇਰ ਦੇ ਲਈ 9 ਤੇ 비ਜੋ 히어링 임페어드 ਦੇ ਲਈ 9 ਸਾਮੀਆਂ ਨੇ ਆਈਡੀ ਐਂਡ ਐਮਡੀ ਦੇ ਲਈ 8 ਸਾਮੀਆਂ ਨੇ ਫਰੀडम फाइਟਰ ਦੇ ਲਈ 9 ਸਾਮੀਆਂ ਨੇ ਤੇ ایਡਬਲਯੂਐਸ ਲਈ 82 ਸਾਮੀਆਂ ਨੇ ਟੋਟਲ ਅਸਾਮੀਆਂ ਦੀ ਗਿਣਤੀ 800 59 ਪੋਸਟਾਂ ਆਈਆਂ ਨੇ ਸਾਇੰਸ ਵਿਸ਼ੇ ਲਈ ਸਾਇੰਸ ਵਿਸ਼ੇ ਲਈ ਤੁਹਾਡੀ ਸਾਇੰਸ ਨਾ ਮੈਡੀਕਲ ਵਿਸ਼ੇ ਨਾਲ ਕੀਤੀ ਹੋਣੀ ਤਾਂ ਬੀਐਸਸੀ ਕੀਤੀ ਹੋਣੀ ਚਾਹੀਦੀ 45 ਪ੍ਰਤੀਸ਼ਤ ਮਾਰਕਸ ਹੋਣੇ ਚਾਹੀਦੇ ਤੇ ਬੀਐਡ ਕੀਤੀ ਹੋਣੀ ਚਾਹੀਦੀ ਹੈ ਜਦ ਬੀਐਸਸੀ ਤੁਹਾਡੀ ਕੀਤੀ ਹੋਣੀ ਚਾਹੀਦੀ ਹੈ 40 ਪ੍ਰਤੀਸ਼ਤ ਮਾਰਕਸ ਦੇ ਨਾਲ ਬੀਐਡ ਕੀਤੀ ਹੋਣੀ ਚਾਹੀਦੀ ਹੈ ਸਾਇੰਸ ਵਿਸ਼ੇ ਨਾਲ ਤੁਸੀਂ ਇਹ ਕੰਪਲੀਟ ਜਾਣਕਾਰੀ ਤੁਸੀਂ ਪੀਡੀਐਫ ਫਾਈਲ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਡਾਊਨਲੋਡ ਕਰਕੇ ਪੂਰੀ ਚੰਗੀ ਤਰ੍ਹਾਂ ਦੇਖ ਸਕਦੇ ਹੋ ਉਸ ਤੋਂ ਬਾਅਦ ਹਿੰਦੀ ਵਿਸ਼ੇ ਦੀ ਗੱਲ ਕਰੀ ਹਿੰਦੀ ਵਿਸ਼ੇ ਦੀਆਂ ਅਸਾਮੀਆਂ ਇਸ ਪ੍ਰਕਾਰ ਨੇ ਜਨਰਲ ਦੇ ਲਈ 80 ਤੇ ਐਸਸੀਐਮ ਐਂਡ ਬੀ ਦੇ ਲਈ 22 ਐਸਸੀਆਰ ਆਰ ਐਂਡਓ ਦੇ ਲਈ 23 ਤੇ ਬੀਸੀ ਦੇ ਲਈ 23 ਜਨਰਲ ਯੀਐਸਐਮ ਦੇ ਲਈ 25 ਐਸਸੀਐਮ ਐਂਡ ਬੀ ਇਸ ਯੀਐਸਐਮ ਦੇ ਲਈ 7 SCR OESM ਦੇ ਲਈ 7 BC ESM ਦੇ ਲਈ 7 ਜਨਰਲ ਸਪੋਰਟਸ ਦੇ ਲਈ ਟੋਟਲ 8 SCM ਐਂਡ B ਸਪੋਰਟਸ ਦੇ ਲਈ 2 ਤੇ SCR ਐਂਡ O ਸਪੋਰਟਸ ਦੇ ਲਈ 2 ਨੇ ਤੇ ਅਰਥੋ ਦੇ ਲਈ 3 ਹੀਰਿੰਗ ਇੰਪੇਡ ਦੇ ਲਈ 3 ਤੇ ਵਿਜ਼ੂਅਲ ਇੰਪੇਡ ਦੇ ਲਈ ਵੀ 3 ਨੇ ID ਐਂਡ MD ਦੇ ਲਈ 2 ਫਰੀडम ਫਾਈਟਰ ਦੇ ਲਈ 3 ਤੇ EWS ਦੇ ਲਈ 2 B ਤੇ ਟੋਟਲ ਅਸਾਮੀਆਂ ਦੀ ਗਿਣਤੀ ਹਿੰਦੀ ਵਿਸ਼ੇ ਲਈ 240 ਹੈ ਵਿਦਿਕ ਯੋਗਤਾ ਦੀ ਗੱਲ ਕਰੀ ਤੇ ਤੁਹਾਡੀ ਗ੍ਰੈਜੂਏਸ਼ਨ ਕੀਤੀ ਹੋਣੀ ਜ਼ਰੂਰੀ ਹੈ ਤੇ ਬੀਏ ਤੁਹਾਡੀ ਕੀਤੀ ਲਾਜ਼ਮੀ ਹੋਣੀ ਜ਼ਰੂਰੀ ਹੈ ਅਗਰ ਇਹ ਪੋਸਟ ਦੇ ਲਈ ਅਪਲਾਈ ਕਰਨ ਜਾ ਰਹੇ ਹੋ ਪੰਜਾਬੀ ਵਿਸ਼ੇ ਦੀ ਗੱਲ ਕਰੀਏ ਪੰਜਾਬੀ ਵਿਸ਼ੇ ਦੀਆਂ ਜੋ ਟੋਟਲ ਅਸਾਮੀਆਂ ਨੇ ਜਨਰਲ ਦੇ ਲਈ 96 196 ਤੇ 50 ਐਸਸੀ ਦੇ ਲਈ ਐਮ ਐਂਡ ਵੀ ਦੇ ਲਈ ਐਸ ਸੀ ਆਰਓ ਦੇ ਲਈ 50 ਬੀਸੀ ਦੇ ਲਈ 50 ਈ ਐਸ ਐਮ ਜਨਰਲ ਦੇ ਲਈ 48 ਐਸਸੀ ਐਮ ਐਂਡ ਵੀ ਐਸ ਐਮ ਦੇ ਲਈ 14 ਐਸ ਸੀ ਆਰਓ ਦੇ ਲਈ 14 ਬੀਸੀ ਦੇ ਲਈ ESM ਦੇ ਲਈ 14 ਤੇ ਜਨਰਲ ਸਪੋਰਟਸ ਦੇ ਲਈ 14 ਐਫਸੀ ਐਮਐਂਡਬੀ ਸਪੋਰਟਸ ਦੇ ਲਈ 3 SCRO ਸਪੋਰਟਸ ਦੇ ਲਈ 3 ਅਰਥੋ ਦੇ ਲਈ 5 ਵਿਜੂਅਲ ਅੰਪੇਅਰ ਦੇ ਲਈ 5 ਤੇ ਹਿਅਰਿੰਗ ਅੰਪੇਅਰ ਦੇ ਲਈ 5 ਪੋਸਟਾਂ ਨੇ ਆਈਡੀਐਮਡੀ ਦੇ ਲਈ 5 ਪੋਸਟਾਂ ਨੇ ਫਰੀडम फाइਟਰ ਦੇ ਲਈ 7 ਪੋਸਟਾਂ ਨੇ ਤੇ ਜੀਡਬਲਯੂਐਸ ਲਈ 51 ਤੇ ਟੋਟਲ 534 ਪੋਸਟਾਂ ਆਈਆਂ ਨੇ ਵਿਦਿਅਕ ਯੋਗਤਾ ਗੱਲ ਕਰੀਏ ਤਾਂ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਘੱਟੋ ਘੱਟ ਤੁਹਾਡੇ ਤੇ ਬੀਐਡ ਕੀਤੀ ਹੋਣੀ ਚਾਹੀਦੀ ਹੈ ਪੰਜਾਬੀ ਵਿਸ਼ੇ ਨਾਲ ਤੁਹਾਡੀ ਤੇ ਸੋਸ਼ਲ ਸਾਇੰਸ ਵਿਸ਼ੇ ਦੀਆਂ ਵੀ ਪੋਸਟਾਂ ਆਈਆਂ ਨੇ ਜਨਰਲ ਦੇ ਲਈ 234 ਪੋਸਟਾਂ ਨੇ ਐਸ ਸੀ ਐਮ ਐਂਡ ਬੀ ਦੇ ਲਈ 61 ਤੇ ਐਸ ਸੀ ਆਰਓ ਦੇ ਲਈ 60 ਪੋਸਟਾਂ ਨੇ ਬੀ ਸੀ 60 ਪੋਸਟਾਂ ਨੇ ਜਨਰਲ ਯੀ ਐਸ ਐਮ ਦੇ ਲਈ 54 ਪੋਸਟਾਂ ਨੇ ਐਸ ਸੀ ਐਮ ਐਂਡ ਬੀ ਯੀ ਐਸ ਐਮ ਦੇ ਲਈ 15 ਪੋਸਟਾਂ ਨੇ ਐਸ ਸੀ ਆਰਓ ਦੇ ਲਈ 15 ਪੋਸਟਾਂ ਨੇ ਬੀ ਐਸ ਬੀ ਸੀ ਯੀ ਐਸ ਐਮ ਦੇ ਲਈ 15 ਪੋਸਟਾਂ ਨੇ ਜਨਰਲ ਸਪੋਰਟਸ ਦੇ ਲਈ 16 ਪੋਸਟਾਂ ਨੇ ਐਸ ਸੀ ਐਮ ਐਂਡ ਬੀ ਸਪੋਰਟਸ ਦੇ ਲਈ 4 ਪੋਸਟਾਂ ਨੇ ਐਸ ਸੀ ਆਰਓ ਦੇ ਸਪੋਰਟਸ ਦੇ ਲਈ 4 ਪੋਸਟਾਂ ਨੇ ਅਰਥੋ ਦੇ ਲਈ 7 ਪੋਸਟਾਂ ਨੇ ਵਿਜੀਲੈਂਪੇਡ ਦੇ ਲਈ 7 ਪੋਸਟਾਂ ਨੇ ਆਈਡੀ ਐਮਡੀ ਦੇ ਲਈ 6 ਪੋਸਟਾਂ ਨੇ ਫ੍ਰੀडम फाइਟਰ ਦੇ ਲਈ 7 ਪੋਸਟਾਂ ਨੇ ਈਡਬਲਯੂਐਸ ਦੇ ਲਈ 61 ਪੋਸਟਾਂ ਨੇ ਟੋਟਲ ਪੋਸਟਾਂ ਦੀ ਗਿਣਤੀ 633 ਸੋਸ਼ਲ ਸਾਇੰਸ ਦੇ ਲਈ ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਗ੍ਰੈਜੂਏਸ਼ਨ ਤੁਹਾਡੀ ਕੀਤੀ ਹੋਣੀ ਜ਼ਰੂਰੀ ਹੈ ਆਹ ਵਿਸ਼ਿਆਂ ਦੇ ਨਾਲ ਤੁਹਾਨੂੰ ਸਕਰੀਨ ਦੇ ਉੱਤੇ ਦਿਖਾਈ ਦੇ ਰਹੇ ਨੇ ਉਸ ਤੋਂ ਬਾਅਦ ਬੀਐਡ ਵੀ ਤੁਹਾਡੀ ਕੀਤੀ ਹੋਣੀ ਲਾਜ਼ਮੀ ਹੈ ਉਸ ਤੋਂ ਬਾਅਦ ਅੰਗਰੇਜ਼ੀ ਵਿਸ਼ੇ ਦੀ ਗੱਲ ਕਰੀ ਅੰਗਰੇਜ਼ੀ ਵਿਸ਼ੇ ਦੀਆਂ ਵੀ ਪੋਸਟਾਂ ਆਈਆਂ ਨੇ ਜਰਨਲ ਦੇ ਲਈ 283 ਪੋਸਟਾਂ ਨੇ ਐਸਸੀ ਦੇ ਲਈ 72 ਪੋਸਟਾਂ ਨੇ ਜੋ ਐਮ ਐਂਡ ਬੀ ਹੈ ਐਸਸੀ ਆਰ ਐਂਡਓ ਦੇ ਲਈ 72 ਪੋਸਟਾਂ ਨੇ ਬੀਸੀ ਦੇ ਲਈ 72 ਪੋਸਟਾਂ ਨੇ 98 ਪੋਸਟਾਂ ਜਰਨਲ ਯੀਐਸਐਮ ਦੇ ਲਈ ਨੇ 80 ਐਮ ਐਂਡ ਬੀ ਦੇ ਲਈ 15 ਪੋਸਟਾਂ ਨੇ ਐਸਸੀ ਆਰ ਐਂਡਓ ਦੇ ਲਈ 14 ਪੋਸਟਾਂ ਨੇ ਪੀਸੀ ਯੀਐਸਐਮ ਦੇ ਲਈ 15 ਪੋਸਟਾਂ ਨੇ ਜਰਨਲ ਸਪੋਰਟਸ ਦੇ ਲਈ 23 ਪੋਸਟਾਂ ਨੇ ਐਸਸੀ ਐਮ ਐਂਡ ਬੀ ਸਪੋਰਟਸ ਦੇ ਲਈ 3 ਪੋਸਟਾਂ ਨੇ ਤੇ ਐਸਸੀ ਆਰਓ ਦੇ ਲਈ 4 ਪੋਸਟਾਂ ਨੇ ਅਰਥੋ ਦੇ ਲਈ ਜੋ 10 ਪੋਸਟਾਂ ਨੇ ਬਿਜਲੀ ਮਪੇਡ ਦੇ ਲਈ 9 ਪੋਸਟਾਂ ਨੇ ਹੀਰਿੰਗ ਮਪੇਡ ਦੇ ਲਈ 8 ਪੋਸਟਾਂ ਨੇ ਆਈਡੀ ਐਮਡੀ ਦੇ ਲਈ 7 ਪੋਸਟਾਂ ਨੇ ਫ੍ਰੀडम फाइਟਰ ਦੇ ਲਈ 13 ਪੋਸਟਾਂ ਨੇ ایਡਬਲਯੂਐਸ ਲਈ 72 ਟੋਟਲ 790 ਪੋਸਟਾਂ ਆਈਆਂ ਨੇ ਜੋ ਅੰਗਰੇਜ਼ੀ ਵਿਸ਼ੇ ਨਾਲ ਸੰਬੰਧਿਤ ਨੇ ਗ੍ਰੈਜੂਏਸ਼ਨ ਤੁਹਾਡੀ ਕੀਤੀ ਹੋਣੀ ਜ਼ਰੂਰੀ ਹੈ ਅੰਗਰੇਜ਼ੀ ਵਿਸ਼ੇ ਦੇ ਲਈ ਤੁਹਾਡੀ ਤੇ ਤੁਹਾਡੀ ਬੀਐਡ ਕੀਤੀ ਹੋਣੀ ਵੀ ਲਾਜ਼ਮੀ ਹੈ ਅਗਰੇ ਪੋਸਟ ਦੇ ਲਈ ਅਪਲਾਈ ਕਰਨ ਜਾ ਰਹੇ ਹਾਂ ਮਿਊਜ਼ਿਕ ਵਿਸ਼ੇ ਦੀ ਗੱਲ ਕਰੀਏ ਤਾਂ ਇਸ ਪ੍ਰਕਾਰ ਨੇ ਜਰਨਲ ਦੇ ਲਈ 5 ਐਸਸੀ ਐਮਐਨਬੀ ਦੇ ਲਈ 3 ਐਸਸੀਆਰਓ ਦੇ ਲਈ 3 ਐਬੀਸੀ ਦੇ ਲਈ 5 ਜਰਨਲ ਯੀਐਸਮ ਦੇ ਲਈ 2 ਐਸਸੀ ਐਮਐਨਬੀ ਐਸਮ ਦੇ ਲਈ 1 ਐਸਸੀਆਰ ਐਨਓ ਯੀਐਸਮ ਦੇ ਲਈ 2 ਪੀਸੀਸਮ ਦੇ ਲਈ 1 ਜਰਨਲ ਯੀਐਸ ਜਰਨਲ ਸਪੋਰਟਸ ਦੇ ਲਈ 1 ਪੋਸਟ ਹੈ ਤੇ ਉਸ ਤੋਂ ਬਾਅਦ ਆਈਡੀ ਐਮਡੀ ਦੇ ਲਈ ਕੋਈ ਪੋਸਟ ਨਹੀਂ ਹੈ ਫਰੀडम ਫਾਈਟਰ ਦੇ ਲਈ 1 ਪੋਸਟ ਹੈ ਆਈਡਬਲਯੂਐਸ ਲਈ 1 ਤੇ ਟੋਟਲ ਪੋਸਟਾਂ ਦੀ ਗਿਣਤੀ 25 ਹੈ ਉਸ ਤੋਂ ਬਾਅਦ ਗ੍ਰੈਜੂਏਸ਼ਨ ਤੁਹਾਡੀ 뮤జిక్ ਦੇ ਵਿੱਚ ਕੀਤੀ ਹੋਣੀ ਚਾਹੀਦੀ ਤੇ ਬੀਐਡ ਤੁਹਾਡੀ ਲਾਜ਼ਮੀ ਹੈ ਅਗਰੇ ਪੋਸਟ ਦੇ ਲਈ ਅਪਲਾਈ ਕਰਨਾ ਚਾਹੁੰਦੇ ਫਿਜ਼ੀਕਲ ਐਜੂਕੇਸ਼ਨ ਦੀ ਗੱਲ ਕਰੀਏ ਫਿਜ਼ੀਕਲ ਐਜੂਕੇਸ਼ਨ ਦੇ ਆ ਵੀ ਪੋਸਟਾਂ ਨੇ 25 ਪੋਸਟਾਂ ਜਰਨਲ ਦੇ ਲਈ ਨੇ ਤੇ ਐਸਸੀਐਮਐਂਡ ਦੇ ਐਂਡ ਬੀ ਦੇ ਲਈ 30 ਪੋਸਟਾਂ ਨੇ ਐਸਸੀਆਰਓ ਦੇ ਲਈ 30 ਪੋਸਟਾਂ ਨੇ ਬੀਸੀ ਦੇ ਲਈ 26 ਪੋਸਟਾਂ ਨੇ ਜਰਨਲ ਯੀਐਸਐਮ ਦੇ ਲਈ 5 ਪੋਸਟਾਂ ਨੇ ਐਸਸੀਐਮਐਂਡ ਬੀਐਸਐਮ ਦੇ ਲਈ 2 ਪੋਸਟਾਂ ਨੇ ਐਸਸੀਆਰ ਡੋਓ ਯੀਐਸਐਮ ਦੇ ਲਈ 1 ਪੋਸਟ ਹੈ ਉਸ ਤੋਂ ਬਾਅਦ 20 CES ਦੇ ਲਈ ਇੱਕ ਪੋਸਟ ਹੈ ਜਨਰਲ ਸਪੋਰਟਸ ਦੇ ਲਈ 24 ਪੋਸਟਾਂ ਨੇ 6 ਪੋਸਟਾਂ ਨੇ SC M&B ਸਪੋਰਟਸ ਦੇ ਲਈ SC R&O ਸਪੋਰਟਸ ਦੇ ਲਈ 5 ਪੋਸਟਾਂ ਨੇ ਅਥਰੋ ਦੇ ਲਈ ਕੋਈ ਪੋਸਟ ਨਹੀਂ ਹੈ ਉਸ ਤੋਂ ਬਾਅਦ ਫ੍ਰੀडम फाइਟਰ ਦੇ ਲਈ 6 ਪੋਸਟਾਂ ਨੇ ਤੇ EWS ਲਈ 7 ਪੋਸਟਾਂ ਨੇ ਟੋਟਲ ਪੋਸਟਾਂ ਦੀ ਗਿਣਤੀ 168 ਹੈ ਫਿਜ਼ੀਕਲ ਐਸੋਸੀਏਸ਼ਨ ਦੇ ਲਈ ਵਿਦਿਅਕ ਯੋਗਤਾ ਦੀ ਗੱਲ ਕਰੀਏ 4 ਸਾਲ ਦਾ ਇੰਟੀਗ੍ਰੇਟਿਡ ਕੋਰਸ ਤੋਂ ਤੁਹਾਡਾ ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ ਤੋਂ ਕੀਤਾ ਹੋਣਾ ਜ਼ਰੂਰੀ ਹੈ ਤੇ ਜਾਂ ਤੁਹਾਡੀ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ 55% ਮਾਰਕਸ ਨਾਲ ਵਿਦ ਫਿਜ਼ੀਕਲ ਐਜੂਕੇਸ਼ਨ ਦੇ ਲਈ ਨਾਲ ਤੇ ਤੁਹਾਡਾ ਜੋ ਚੋਣ ਟੰਗ ਹੈ ਇਹਨਾਂ ਪੋਸਟਾਂ ਦੇ ਲਈ ਪ੍ਰਤੀ ਕਰਨ ਲਈ ਸਟੇਟ ਪੱਧਰ ਦੇ ਉੱਤੇ ਲਿਖਤੀ ਟੈਸਟ ਲਿਆ ਜਾਵੇਗਾ ਤੇ 150 ਅੰਕਾਂ ਦਾ ਟੈਸਟ ਲਿਆ ਜਾਵੇਗਾ ਜੁਆਇਨੈਂਸ ਸਮੇ ਲਈ ਦਰਸਾਈਆਂ ਗਈਆਂ ਵਿਦਿੱਕ ਪ੍ਰੋਫੈਸ਼ਨਲ ਯੋਗਤਾਵਾਂ ਨੇ ਹੋਰ ਸਰਤਾ ਪੂਰੀਆਂ ਕਰਦੇ ਹੋਣਗੇ ਉਹ ਮੈਟਰ ਰੋਲ ਲਿਖਤੀ ਟੈਸਟ ਦੇ ਆਧਾਰ ਤੇ ਬਣਾਈ ਜਾਵੇਗੀ ਪੀਐਸਟ ਟੈਟ ਜੋ 2 ਦੇ ਨੰਬਰ ਮੈਟ ਵਿੱਚ ਨਹੀਂ ਜੋੜੇ ਜਾਣਗੇ ਅਦਾਇਗੀ ਯੋਗ ਰਕਮ ਦੀ ਗੱਲ ਕਰੀਏ ਤਾਂ ਤੁਸੀਂ ਇੱਥੋਂ ਪੜ੍ਹ ਸਕਦੇ ਹੋ ਸਾਡਾ ਪੀਡੀਐਫ ਤੁਸੀਂ ਡਾਊਨਲੋਡ ਕਰਕੇ ਉੱਥੋਂ ਦੇਖ ਸਕਦੇ ਹੋ ਉਮਰ ਸੀਮਾ ਦੀ ਗੱਲ ਕਰੀਏ ਤਾਂ 18 ਤੋਂ 37 ਸਾਲ ਉਮਰ ਸੀਮਾ ਰੱਖੀ ਗਈ ਹੈ ਤੇ ਏਜ ਰਿਲੈਕਸੇਸ਼ਨ ਵੀ ਦਿੱਤੀ ਗਈ ਹੈ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਤੇ ਫੀਸ ਦੀ ਗੱਲ ਕਰੀਏ ਤਾਂ ਫੀਸ ਰੱਖੀ ਗਈ ਹੈ 1000 ਰੁਪਏ ਰਿਜ਼ਰਵ ਕੈਟਾਗਰੀ ਲਈ 500 ਰੁਪਏ ਫੀਸ ਹੈ ਸਾਫ ਕਾਸਨ ਕੈਟਾਗਰੀ ਲਈ ਕੋਈ ਫੀਸ ਨਹੀਂ ਹੈ ਤੇ ਆਮ ਸ਼ਰਤਾਂ ਕੁਝ ਰੱਖੀਆਂ ਗਈਆਂ ਨੇ ਇਹ ਤੁਸੀਂ ਦੇਖ ਸਕਦੇ ਹੋ ਪੜ੍ਹ ਸਕਦੇ ਹੋ ਪੂਰੀ ਜੋ ਜਾਣਕਾਰੀ ਹੈ ਟੈਲੀਗ੍ਰam ਚੈਨਲ ਦੇ ਉੱਤੇ ਤੁਹਾਨੂੰ ਮਿਲ ਜਾਵੇਗੀ ਡਾਊਨਲੋਡ ਕਰ ਲਿਓ ਇਸ ਪੀਡੀਐਫ ਫਾਈਲ ਨੂੰ ਇਸ ਜੋ ਇਹਨਾਂ ਪੋਸਟਾਂ ਦਾ ਬੇਸabri ਨਾਲ ਇੰਤਜ਼ਾਰ ਸੀ ਕਾਫੀ ਸਾਰੇ ਕੈਂਡੀਡੇਟਸ ਨੂੰ ਇਹ ਪੋਸਟਾਂ ਆ ਚੁੱਕੀਆਂ ਨੇ ਹੁਣ ਜਲਦੀ ਤੋਂ ਜਲਦੀ ਤੁਸੀਂ ਭਰਨੀਆ ਸਟਾਰਟ ਕਰ ਦਿਓ 30 1 2022 ਇਹਦੀ ਲਾਸਟ ਡੇਟ ਹੈ educationrecruitmentboard.com ਦੇ ਉੱਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਹੋ ਲੇਟੈਸਟ ਅਪਡੇਟ ਦੇ ਲਈ ਵੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਬੈਲ ਬਟਨ ਨੂੰ ਦਬਾ ਕੇ ਰੱਖੋ ਤੇ ਇਹਨਾਂ ਦੀ ਵੈਬਸਾਈਟ ਤੇ ਵੀ ਵਿਜ਼ਿਟ ਕਰਦੇ ਰਹੋ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਇਸ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਜੀ ਤੇ ਕਿਸੇ ਦਾ ਭਲਾ ਵੀ ਹੋ ਸਕਦਾ ਹੈ ਹਾਂਜੀ ਦੋਸਤੋ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ